ਭਾਰੀ ਬਰਸਾਤ ਦੇ ਕਾਰਨ ਪਤੀ ਅਤੇ ਪਤਨੀ ਦੇ ਉੱਤੇ ਛੱਤ ਡਿੱਗਣ ਦਾ ਮਾਮਲਾ ਸਾਹਮਣੇ ਆਇਆ। ਦੱਸ ਦਈਏ ਕਿ ਚੁਬਾਰੇ ਦੀ ਛੱਤ ਅਚਾਨਕ ਹੀ ਦੋਵਾਂ ਦੇ ਉੱਤੇ ਡਿੱਗ ਗਈ, ਜਿਸ ਦੇ ਕਾਰਨ ਦੋਵੇਂ ਹੀ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ। ਤਾਂ ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਕਿ ਜਦੋਂ ਰਾਤ ਦੇ ਸਮੇਂ ਲਾਈਟ ਗਈ ਹੋਈ ਸੀ ਤਾਂ ਕਾਫੀ ਤੇਜ਼ ਬਰਸਾਤ ਹੋ ਰਹੀ ਸੀ ਤੇ ਅਚਾਨਕ ਹੀ ਕਮਰੇ ਦੀ ਛੱਤ ਉਹਨਾਂ ਦੇ ਉੱਪਰ ਡਿੱਗ ਜਾਂਦੀ ਹੈ। ਹਾਲਾਂਕਿ ਹਾਦਸਾ ਇੰਨਾ ਭਿਆਨਕ ਸੀ ਕਿ ਦੋਵੇਂ ਹੀ ਗੰਭੀਰ ਰੂਪ ਨਾਲ ਜ਼ਖਮੀ ਹੋ ਜਾਂਦੇ ਨੇ ਤੇ ਇਸ ਹਾਦਸੇ ਦੀ ਜੋ ਆਵਾਜ਼ ਹੈ ਉਹ ਕਾਫੀ ਦੂਰ ਤੱਕ ਸੁਣੀ ਜਾ ਸਕਦੀ ਸੀ। ਹਾਲਾਂਕਿ ਨਿਚੋਤੀ ਜਿਵੇਂ ਹੀ ਉਸਦੇ ਪਰਿਵਾਰਕ ਮੈਂਬਰ ਉੱਪਰ ਆਏ ਤਾਂ ਇੱਕ ਵਾਰ ਉਹਨਾਂ ਦੇ ਵੀ ਦੇਖ ਕੇ ਹੋਸ਼ ਉੱਡ ਗਏ, ਕਿਉਂਕਿ ਸਾਰੀ ਹੀ ਛੱਤ ਉਹਨਾਂ ਦੇ ਉੱਤੇ ਢਹਿ ਢੇਰੀ ਹੋ ਗਈ ਸੀ। ਮਲਬੇ ਨੂੰ ਹਟਾ ਕੇ ਦੋਵਾਂ ਨੂੰ ਬਾਹਰ ਕੱਢਿਆ ਜਾਂਦਾ ਹੈ ਅਤੇ ਫਿਰ ਉਹਨਾਂ ਨੂੰ ਇਲਾਜ ਦੇ ਲਈ ਹਸਪਤਾਲ 'ਚ ਦਾਖਲ ਕਰਵਾਇਆ ਜਾਂਦਾ ਹੈ। ਤਾਂ ਮਾਮਲਾ ਸੰਗਰੂਰ ਤੋਂ ਸਾਹਮਣੇ ਆਇਆ। ਕਿਹਾ ਜਾ ਰਿਹਾ ਕਿ ਠੀਕ 3 ਸਾਲ ਪਹਿਲਾਂ ਇਸ ਦੇ ਗੁਆਂਢ 'ਚ ਇੱਕ ਛੱਤ ਡਿੱਗੀ ਸੀ, ਜਿਸ ਦੇ ਕਾਰਨ ਇੱਕੋ ਪਰਿਵਾਰ ਦੇ 4 ਜੀਆਂ ਦੀ ਮੌਤ ਹੋ ਗਈ ਸੀ। ਅਤੇ ਬਿਲਕੁਲ ਠੀਕ ਉਸੇ ਤਰ੍ਹਾਂ ਹੁਣ ਇੱਕ ਵਾਰ ਫਿਰ ਤੋਂ ਇਹ ਹਾਦਸਾ ਵਾਪਰਿਆ, ਜਿਸ ਦੇ ਵਿੱਚ ਪਤੀ ਅਤੇ ਪਤਨੀ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ। ਤਾਂ ਦੱਸ ਦਈਏ ਕਿ ਇਸ ਤੋਂ ਪਹਿਲਾਂ ਇੱਕ ਮਾਮਲਾ ਤਰਨ ਤਾਰਨ ਤੋਂ ਸਾਹਮਣੇ ਆਇਆ ਸੀ, ਜਿੱਥੇ ਕਿ ਇੱਕ ਪਰਿਵਾਰ ਦੇ 6 ਜੀਆਂ ਦੇ ਉੱਤੇ ਲੈਂਟਰ ਜੋ ਹੈ ਕਮਰੇ ਦਾ ਉਹ ਡਿੱਗ ਜਾਂਦਾ, ਜਿਸ 'ਚ 4 ਬੱਚਿਆਂ ਸਮੇਤ ਪਤੀ ਪਤਨੀ ਗੰਭੀਰ ਰੂਪ ਨਾਲ ਜ਼ਖਮੀ ਹੁੰਦੇ ਨੇ। ਅਤੇ ਹੁਣ ਇਹ ਦੂਸਰਾ ਮਾਮਲਾ ਸੰਗਰੂਰ ਤੋਂ ਸਾਹਮਣੇ ਆਇਆ, ਜਿੱਥੇ ਕਿ ਪਤੀ ਪਤਨੀ ਜਦੋਂ ਆਪਣੇ ਕਮਰੇ ਦੇ ਵਿੱਚ ਸੋ ਰਹੇ ਹੁੰਦੇ ਨੇ ਛੱਤ ਦੇ ਉੱਤੇ ਤਾਂ ਅਚਾਨਕ ਹੀ ਲੈਂਟਰ ਜੋ ਹੈ ਉਹਨਾਂ ਦੇ ਉੱਤੇ ਡਿੱਗ ਜਾਂਦਾ, ਜਿਸ ਦੇ ਵਿੱਚ ਦੋਵੇਂ ਹੀ ਗੰਭੀਰ ਰੂਪ ਨਾਲ ਜ਼ਖਮੀ ਹੋ ਜਾਂਦੇ ਨੇ। ਹਾਲਾਂਕਿ ਇਸ ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ 'ਚ ਸਾਫ਼ ਦੇਖਿਆ ਜਾ ਸਕਦਾ ਕਿ ਜੋ ਮਲਬਾ ਪੂਰੇ ਕਮਰੇ ਦੇ ਵਿੱਚ ਖਿਲ ਰਿਹਾ ਹੋਇਆ। ਕਿਹਾ ਜਾ ਰਿਹਾ ਕਿ ਦੋਵਾਂ ਦੀ ਹਾਲਤ ਹਸਪਤਾਲ ਦੇ ਵਿੱਚ ਕਾਫ਼ੀ ਜ਼ਿਆਦਾ ਸੀਰੀਅਸ ਦੱਸੀ ਜਾ ਰਹੀ ਹੈ। ਤੁਹਾਨੂੰ ਜੀ ਇਹ 10:30 ਦੇ ਕਰੀਬ 11 ਵਜੇ ਦੇ ਕਰੀਬ ਮਤਲਬ ਕਿ ਹਾਦਸਾ ਹੋਇਆ ਹੈਗਾ, ਜਦੋਂ ਬਿਜਲੀ ਚਮਕੀ ਹੈਗਾ ਮਤਲਬ ਕਿ ਇੱਕਦਮ ਮੀਂਹ ਆਇਆ, ਹਨੇਰੀ ਆਈ ਹੈਗੀ, ਲਾਈਟ ਚਲੀ ਗਈ। ਉਹ ਇੱਕਦਮ ਅਸੀਂ ਨੀਚੇ ਸੀਗੇ, ਮੇਰੀ ਜਠਾਣੀ ਲੱਗਦੀ ਸੀ ਜਿਵੇਂ ਮਤਲਬ ਉਹ ਇੱਕਦਮ ਖੜਕਾ ਹੋਇਆ, ਸਾਨੂੰ ਉਦੋਂ ਪਤਾ ਲੱਗਿਆ ਵੀ ਛੱਤ ਡਿੱਗ ਗਈ। ਇੱਕਦਮ ਸਾਰੇ ਇਕੱਠੇ ਹੋ ਗਏ ਔਰ ਇੱਕਦਮ ਸਾਰੇ ਉੱਪਰ ਆ ਕੇ ਸਾਰਿਆਂ ਨੂੰ ਕੱਢਿਆ ਹੈਗਾ। ਕਿੰਨੇ ਜਣੇ ਸੀ? ਇਹ 2 ਜਣੇ ਸੀ ਜੀ। ਸੱਟਾਂ ਲੱਗੀਆਂ ਜੀ, ਅੰਦਰੂਨੀ ਸੱਟਾਂ ਲੱਗੀਆਂ ਔਰ ਸਿਰ 'ਚ ਖੂਨ ਵੀ ਆਇਆ, 8-9 ਟਾਂਕੇ ਆਏ ਨੇ ਸਿਰ 'ਚ ਔਰ ਇੱਕ ਤਾਂ ਹੱਡੀ ਵੀ ਕਰੈਕ ਹੋ ਗਈ ਹੱਥ ਦੀ, ਲੱਤਾਂ ਦੇ ਸੱਟ ਵੱਜੀਆਂ। ਜ਼ਿਆਦਾ ਗੰਭੀਰ ਨੇ ਜੀ ਦੋਨੋਂ? ਹਾਂਜੀ, ਮੇਰੇ ਜੇਠ ਜਠਾਣੀ ਨੇ ਜੀ, ਹਾਂਜੀ ਮਰਾਰੀ ਲਾਲ ਜੀ, ਇੱਕ ਸੀਤਾ ਦੇਵੀ। ਉਹਨੇ ਤਾਂ ਕੁਛ ਨਾ ਕੁਛ ਕਰੇ, ਬਸ ਇਹਨਾਂ ਨੂੰ ਇਹੀ ਦੇ ਦੇ ਵੀ ਹਾਂ 1.5-2 ਲੱਖ ਰੁਪਇਆ ਆਪਣਾ ਇਨਸਾਫ ਕਰੇ, ਵੀ ਬੰਦਾ ਵੀ ਕੁਛ ਤਾਂ ਕਰ ਸਕਦਾ, ਗਰੀਬ ਬੰਦਾ ਘਰ ਨਹੀਂ ਬਣਾ ਸਕਦਾ ਹੈਗਾ। ਇਹ ਦੋਨੇ ਲਾਚਾਰ ਨੇ ਗੇ, ਮੈਂ ਹੀ ਇਹਨਾਂ ਦੀ ਸੇਵਾ ਕਰਦੀ ਹਾਂ, ਮੈਂ ਹੀ ਅੱਗੇ ਜਾ ਕੇ ਕਰੂੰਗੀ। ਨੀਚੇ ਰਹਿੰਦੇ ਹਾਂ ਜੀ, ਹਾਂਜੀ ਸਾਨੂੰ ਨਾਲ ਦੀ ਨਾਲ ਪਤਾ ਲੱਗ ਗਿਆ, ਨਾਲ ਦੀ ਨਾਲ ਮੇਰੇ ਤਾਂ ਘਬਰਾਹਟ ਹੋ ਗਈ, ਉੱਪਰ ਨਾਲ ਦੀ ਨਾਲ ਚੜ੍ਹਨ ਦੀ ਲੱਗੀ। ਸਾਰੇ ਬੱਚਿਆਂ ਨੇ ਮੈਨੂੰ ਕਿਹਾ ਵੀ ਤੁਸੀਂ ਨੀਚੇ ਖੜੋ, ਸਾਰੇ ਗਲੀ ਦੇ ਸਾਡੇ ਮੁੰਡੇ ਆ ਗਏ, ਸਾਡੇ ਮੁੰਡਿਆਂ ਨੇ ਉੱਪਰ ਸਾਰਿਆਂ ਨੂੰ ਕੱਢਿਆ ਹੈਗਾ। ਹਾਂਜੀ ਬੱਚਤ ਰਹਿ ਗਈ, ਬਸ ਐਂ ਵੀ ਪਿਛਲੇ 2-3 ਸਾਲ ਹੋ ਗਏ ਉਹ ਹਾਦਸਾ ਨਹੀਂ ਬੀਤਿਆ ਗਾ, 4 ਮੈਂਬਰ ਲਗਾਤਾਰ ਗਏ ਸੀਗੇ ਉੱਥੇ, ਸਾਰਾ ਇੰਨਾ ਪਰਿਵਾਰ ਬਹੁਤ ਜ਼ਿਆਦਾ ਇਕੱਠਾ ਹੋ ਗਿਆ ਸੀਗਾ, ਸ਼ਮਸ਼ਾਨ ਘਾਟ 'ਚ ਦੇਖਿਆ ਨਹੀਂ ਗਿਆ, ਪਰ ਪਰਮਾਤਮਾ ਨੇ ਇਹੋ ਜਿਹੀ ਸ਼ੁਕਰ ਬਣਾਈ, 2 ਮੈਂਬਰ ਠੀਕ ਨੇ ਸਾਡੀ। ਬਸ ਇਹੀ ਗੁੰਜ ਐਸੇ ਵੀ ਸਾਡਾ ਮਾੜਾ ਜਿਹਾ ਘਰ ਬਣਾਉਣ ਦੀ ਮਤਲਬ ਕਿ ਥੋੜ੍ਹੇ ਮੋਟੇ ਮਦਦ ਕੀਤੀ ਜਾਵੇ। ਮੈਂ ਇਸ ਘਟਨਾ ਨੂੰ ਬਹੁਤ ਮੰਦਭਾਗੀ ਘਟਨਾ ਕਹੂੰਗਾ। ਇੱਕ ਤਰ੍ਹਾਂ ਦਾ ਬਹੁਤ ਬੜਾ ਐਕਸੀਡੈਂਟ ਹੋਇਆ ਇਹ, ਕਿ ਇਸ ਗਰੀਬ ਬਸਤੀ ਦੇ ਵਿੱਚ ਪਹਿਲਾਂ 4 ਮੌਤਾਂ ਹੋ ਚੁੱਕੀਆਂ ਛੱਤ ਗਿਰਨ ਕਾਰਨ ਹੀ, ਅਤੇ ਬਹੁਤ ਨੁਕਸਾਨ ਹੋਇਆ, ਜਾਨੀ ਮਾਲ ਦਾ ਨੁਕਸਾਨ ਹੋਇਆ, ਇਹ ਨੁਕਸਾਨ ਵੀ ਬਹੁਤ ਭੈੜਾ ਨੁਕਸਾਨ ਹੋਇਆ, ਦੋਨੋਂ ਜਾਨਾਂ ਤੋਂ ਬਚ ਗਏ। ਅਤੇ ਸਰਕਾਰ ਮੁਹਰੇ ਅਪੀਲ ਹੈ, ਸਾਡੇ ਮੰਤਰੀ ਸਾਹਿਬ ਨੂੰ ਵੀ ਅਪੀਲ ਹੈ,
ਵੀ ਜਲਦ ਤੋਂ ਜਲਦ ਆ ਕਰਕੇ ਇਹਨਾਂ ਦਾ ਜਿੰਨਾ ਵੀ ਬਣਦਾ ਮੁਆਵਜ਼ਾ ਦਿੱਤਾ ਜਾਵੇ ਅਤੇ ਇਹਨਾਂ ਦੀ ਮਦਦ ਕੀਤੀ ਜਾਵੇ ਵੱਧ ਤੋਂ ਵੱਧ। ਬਹੁਤ ਗਰੀਬ ਪਰਿਵਾਰ ਨੇ ਜੀ, ਇਸ ਬਸਤੀ ਦੇ ਵਿੱਚ ਬਹੁਤ ਘੱਟ ਲੋਕ ਆ ਕੇ ਰਾਜੀ ਨੇ, ਅਤੇ ਬੇਨਤੀ ਹੈ ਜੀ ਪ੍ਰਸ਼ਾਸਨ ਨੂੰ ਵੀ ਕਿ ਇਹਨਾਂ ਦੇ ਲਾਚਾਰ ਨੇ, ਬਹੁਤ ਗਰੀਬ ਨੇ, ਹੱਦੋਂ ਵੱਧ ਗਰੀਬ ਨੇ, ਅਤੇ ਇਸ ਤੋਂ ਗਰੀਬ ਮੁਹੱਲੇ 'ਚ ਕੋਈ ਬੰਦਾ ਹੈ ਹੀ ਨਹੀਂ, ਅਤੇ ਇਹਨਾਂ ਦੀ ਮਦਦ ਕੀਤੀ ਜਾਵੇ ਸਰ। ਜੀ ਛੱਤ ਡਿੱਗ ਗਈ ਜੀ, ਹਾਂਜੀ ਅਤੇ ਆਪਣੇ 11 ਵਜੇ ਜੀ। ਆਪਣੇ ਜਿਹੜੇ ਗੁਆਂਢੀ ਬੰਦੇ ਸੀ ਉਹਨਾਂ ਨੇ ਵਿਚਾਰਿਆਂ ਕੱਢਿਆ ਜੀ। ਹਾਂਜੀ ਮੇਰੇ ਵੀਰ ਜੀ ਰਹਿੰਦੇ ਨੇ ਜੀ, ਵੀਰ ਜੀ ਰਹਿੰਦੇ ਨੇ। ਹਾਂਜੀ 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 ਉਹਨਾਂ ਨੇ ਅੱਗੇ ਕਿਹਾ ਜੀ ਵੀ ਛੱਤ ਡਿੱਗ ਗਈ ਆ, ਵੀ ਬੰਦੇ ਦੱਬ ਗਏ ਨੇ ਦੋਨੇ ਜੀ, ਵੀ ਉਹਨਾਂ ਨੂੰ ਬਚਾਓ। ਫਿਰ ਉਹ ਬੰਦੇ ਸਾਨੂੰ ਕੱਢ ਕੇ ਲਿਆਏ ਜੀ, ਫਿਰ ਉਹਨਾਂ ਨੇ ਉਰੇ ਹਸਪਤਾਲ 'ਚ ਪਹੁੰਚਾਏ ਆ ਜੀ। ਰਾਤ ਨੂੰ ਅਸੀਂ ਬੈੱਡ 'ਤੇ ਬੈਠੇ ਸੀ, ਮੀਂਹ ਆਇਆ ਉਦੋਂ ਬਸ ਬੈੱਡ 'ਤੇ ਬੈਠੇ ਬੈਠੇ ਛੱਤ ਕਿੱਦਾਂ ਆ ਗਿਰੀ, ਮੇਰੇ ਟਾਕਿਆ ਇਹਨੇ ਵੀ ਢੂਈ 'ਚ ਲੱਗੀ ਸੱਟ, ਬਾਂਹ 'ਤੇ ਨਹੀਂ ਉੱਠਿਆ ਜਾਂਦਾ ਆਹ, ਨਾਲੇ ਪੈਰ 'ਤੇ ਵੱਜਿਆ ਦੇਖੋ ਜੀ ਪੈਰ, ਗੋਡੇ 'ਤੇ ਸੱਟਾਂ ਦਿੱਲੀ ਚੋਟ ਆਈ ਹੈ ਜੀ ਢੂਈ 'ਚ। ਬਚਾਏ ਗੁਆਂਢੀਆਂ ਨੇ, ਹਾਏ ਮਾਰਤੇ ਕਰ ਰਹੇ, ਜਦੋਂ ਇੱਕਦਮ ਧੜਾਕਾ ਪਏ ਉਦੋਂ ਸਾਰੇ ਗੁਆਂਢੀ ਭੱਜੇ ਆਏ ਵਿਚਾਰੇ, ਰਾਤ ਨੂੰ ਉਹਨਾਂ ਨੇ ਕੱਢ ਕੇ ਹਸਪਤਾਲ 'ਚ ਦਾਖਲ ਕਰੇ ਰਾਤ ਨੂੰ। ਅਸੀਂ ਚਾਹੁੰਦੇ ਜੀ ਸਾਡਾ ਕੁਛ ਕਰੋ, ਸਾਡੇ ਕੋਈ ਨਹੀਂ ਹੈਗਾ ਜੀ, ਅਸੀਂ ਤਾਂ ਦੋ ਜੀ ਹੈਗੇ ਹਾਂ, ਨਾ ਕੋਈ ਸਾਡੇ ਕਮਾਉਣ ਵਾਲਾ, ਨਾ ਕੋਈ ਸਾਡੇ ਸਾਰਾ ਲਾਉਣ ਵਾਲਾ, ਨਾ ਜੀ ਕੋਈ ਬੱਚਾ ਨਹੀਂ। ਇੱਕ ਕੁੜੀ ਦੀ 15 ਸਾਲ ਦੀ ਉਹੀ ਮੁੱਕ ਗਈ, ਮੇਰੀ ਕੁੜੀ ਨੂੰ 6ਵੀਂ ਸਾਲ ਲੱਗ ਗਈ ਜੀ। ਹੋਰ ਕੋਈ ਨਹੀਂ ਹੈਗਾ ਸਾਡੇ ਕਮਾਉਣ ਵਾਲਾ, ਕੋਈ ਸਾਰਾ ਕੋਈ ਦਵਾਈ ਬੂਟੀ ਦਾ ਕਾਸੇ ਦਾ ਨਹੀਂ ਸਾਰਾ ਸਾਨੂੰ ਜੀ।